ਜਿਹੜਾ ਇਹ ਮਰਡਰ ਨੂੰ ਅੰਜਾਮ ਦਿੱਤਾ ਇਹਨਾਂ ਨੇ, ਚਾਰ ਜਾਣਿਆਂ ਨੇ ਮਿਲ ਕੇ ਇਹਨਾਂ ਨੇ ਇਕੱਠੇ ਕ੍ਰਿਮੀਨਲ ਕਾਨਸਪਰੈਂਸ ਲਿਆ ਉਸ 2:30 ਦੇ ਵਾਰਦਾਤ ਤੇ ਤਕਰੀਬਨ 6:40 ਇਹਨਾਂ ਨੇ ਜਿਹੜੇ ਹਸਬੈਂਡ ਵਾਈਫ ਸੀਗੇ ਜਿਹੜੇ ਮ੍ਰਿਤਕ ਲੇਡੀ ਐਂਡ ਉਹਦੇ ਹਸਬੈਂਡ ਨੇ ਆਪਣੇ ਘਰ ਦੇ ਵਿੱਚ ਕੰਸਟਰਕਸ਼ਨ ਤੇ ਰਿਪੇਅਰ ਦਾ ਕੰਮ ਸ਼ੁਰੂ ਕਰਾਇਆ ਸੀਗਾ। ਕੋਈ ਆਚਰਣ ਤੇ ਸ਼ੱਕ ਤੇ ਸੀ ਕਿ ਮੈਂ ਦੱਸਦੀ ਹਾਂ ਜੀ, ਉਸ ਕੰਸਟਰਕਸ਼ਨ ਐਂਡ ਰਿਪੇਅਰ ਦੇ ਕੰਮ ਦੇ ਵਿੱਚ ਇਹ ਜਿਹੜੇ ਸੀਗੇ ਜਿਹੜੇ ਆਪਣੇ 3 ਸੁਪਾਰੀ ਕਿਲਰ ਸੀਗੇ ਜਿਹੜੇ ਉਹ ਘਰ ਦੇ ਵਿੱਚ ਐਂਟਰ ਹੋਣਾ ਸ਼ੁਰੂ ਕਰ ਦਿੱਤਾ ਸੀਗਾ। ਉਹਨਾਂ 'ਚ ਸੀਗਾ ਇੱਕ ਫੂਲ ਬਾਬੂ ਤੇ ਇੱਕ ਬਿਰਜੂ ਤੇ ਇੱਕ ਮੋਹਨ ਮਾਥੋ ਨਾਮ ਦਾ ਬੰਦਾ ਸੀ ਜਿਹੜੇ ਘਰ 'ਚ ਕੰਸਟਰਕਸ਼ਨ ਦੇ ਵਿੱਚ ਸੀ। ਉਸ ਦੌਰਾਨ ਤਰਸੇਮ ਸਿੰਘ ਦਾ ਇਹਨਾਂ ਦੇ ਨਾਲ ਟਾਈ ਅਪ ਹੋਇਆ ਤੇ ਉਹਨੂੰ ਕੁਛ ਹਸਬੈਂਡ ਵਾਈਫ ਦੇ ਕੁਛ ਸੰਬੰਧ ਜਿਹੜੇ ਸੀਗੇ ਤਣਾਅਮਈ ਸੀਗੇ, ਆਚਰਣ ਦੇ ਸ਼ੱਕ ਕਰਦਾ ਸੀਗਾ। ਮਹਿਲਾ ਦਾ ਆਪਣੇ ਘਰ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ। ਇਹ ਹੁਣ ਤੱਕ ਇੱਕ ਬਿਲਕੁਲ ਬਲਾਈਂਡ ਮਰਡਰ ਸੀਗਾ ਜਿਹਦੇ ਵਿੱਚ ਫਿਲਹਾਲ ਘਰਦਿਆਂ ਨੇ ਵੀ ਕਿਸੇ ਤੇ ਸ਼ੱਕ ਨਹੀਂ ਜ਼ਾਹਿਰ ਕੀਤਾ ਸੀਗਾ, ਕੋਈ ਬਾਈ ਨਹੀਂ ਉਹਦੇ 'ਚ ਹਜੇ ਬੰਦਾ ਅਕਿਊਜ਼ ਜਿਹੜਾ ਸੀ ਨਾਮਜ਼ਦ ਨਹੀਂ ਹੋਇਆ ਸੀਗਾ। ਇਸ ਕੇਸ ਨੂੰ ਕ੍ਰੈਕ ਕਰਦੇ ਹੋਏ ਜਿਹੜਾ ਹੈ ਜਿਹੜੀ ਮੰਡੀ ਕੁੰਗਰ ਦੀ ਪੁਲਿਸ ਹੈਗੀ ਹੈ, ਅਮਲੋਹੀ ਥਾਣਾ ਅਮਲੋਹੀ ਪੁਲਿਸ ਹੈ, ਉਹਨਾਂ ਨੇ ਇਸਟੈਬਲਿਸ਼ ਕੀਤਾ ਹੈ ਕਿ ਜੋ ਉਸ ਮ੍ਰਿਤਕ ਔਰਤ ਦਾ ਹਸਬੈਂਡ ਸੀ ਤਰਸੇਮ ਸਿੰਘ ਉਹ ਇਸ ਕੇਸ ਦਾ ਪ੍ਰਾਈਮ ਅਕਿਊਜ਼ ਸੀ। ਉਸਨੇ ਜਿਹੜੇ ਉਹਦੇ ਘਰ ਦੇ ਵਿੱਚ ਸ਼ਟਰਿੰਗ ਦਾ ਕੰਮ ਕਰ ਰਹੇ ਸੀਗੇ ਦੋ ਬੰਦੇ, ਇਨਫੈਕਟ 3 ਬੰਦੇ, ਉਹਨਾਂ ਨੂੰ ਸੁਪਾਰੀ ਦੇ ਕੇ ਆਪਣੀ ਵਾਈਫ ਦਾ ਕਤਲ ਕਰਾਇਆ ਸੀਗਾ। ਇਹਦੇ ਵਿੱਚ ਕਾਫੀ ਡੂੰਘਿਆਈ ਦੇ ਵਿੱਚ ਹੁਣ ਤੱਕ ਟੈਕਨੀਕਲ ਤੌਰ ਤੇ ਤਫਤੀਸ਼ ਹੋਈ ਸੀਗੀ। ਇਹਨਾਂ ਨੂੰ ਅਰੈਸਟ ਕਰਕੇ ਉਹ ਜਿਹੜੇ ਸਾਡੇ ਕੋਲ ਟੈਕਨੀਕਲ ਐਵੀਡੈਂਸ ਸੀਗੇ ਉਹਨਾਂ ਨਾਲ ਕੋਰੈਬੋਰੇਟ ਕੀਤਾ ਗਿਆ। ਜਿਹੜਾ ਇਹ ਮਰਡਰ ਨੂੰ ਅੰਜਾਮ ਦਿੱਤਾ ਇਹਨਾਂ ਨੇ ਚਾਰ ਜਾਣਿਆਂ ਨੇ ਮਿਲ ਕੇ, ਇਹਨਾਂ ਦੀ ਇਕੱਠੇ ਕ੍ਰਿਮੀਨਲ ਕੋਨਸਪਿਰੇਸੀ ਹੈ, ਉਸ 2:40 ਦੀ ਇਹ ਵਾਰਦਾਤ ਹੈ ਤੇ ਤਕਰੀਬਨ 6:40 ਨੂੰ ਇਹਨਾਂ ਨੇ ਜਿਹੜੇ ਹਸਬੈਂਡ ਵਾਈਫ ਸੀਗੇ ਜਿਹੜੀ ਮ੍ਰਿਤਕ ਲੇਡੀ ਐਂਡ ਉਹਦੇ ਹਸਬੈਂਡ ਨੇ ਆਪਣੇ ਘਰ ਦੇ ਵਿੱਚ ਕੰਸਟਰਕਸ਼ਨ ਤੇ ਰਿਪੇਅਰ ਦਾ ਕੰਮ ਸ਼ੁਰੂ ਕਰਾਇਆ ਸੀਗਾ। ਕੋਈ ਆਚਰਣ ਤੇ ਸ਼ੱਕ ਤੇ ਸੀ ਕਿ ਮੈਂ ਦੱਸਦੀ ਹਾਂ ਜੀ, ਉਸ ਕੰਸਟਰਕਸ਼ਨ ਐਂਡ ਰਿਪੇਅਰ ਦੇ ਕੰਮ ਦੇ ਵਿੱਚ ਇਹ ਜਿਹੜੇ ਸੀਗੇ ਜਿਹੜੇ ਆਪਣੇ 3 ਸੁਪਾਰੀ ਕਿਲਰ ਸੀਗੇ ਜਿਹੜੇ ਉਹ ਘਰ ਦੇ ਵਿੱਚ ਐਂਟਰ ਹੋਣਾ ਸ਼ੁਰੂ ਕਰਤਾ ਸੀਗਾ ਉਹਨਾਂ ਨੇ। ਉਹਨਾਂ 'ਚ ਸੀਗਾ ਇੱਕ ਫੂਲ ਬਾਬੂ ਤੇ ਇੱਕ ਬਿਰਜੂ ਤੇ ਇੱਕ ਮੋਹਨ ਮਾਧੋ ਨਾਮ ਦਾ ਬੰਦਾ ਸੀ ਜਿਹੜੇ ਘਰ 'ਚ ਕੰਸਟਰਕਸ਼ਨ ਦੇ ਹੁੰਦੇ ਸੀ। ਉਸ ਦੌਰਾਨ ਤਰਸੇਮ ਸਿੰਘ ਦਾ ਇਹਨਾਂ ਦੇ ਨਾਲ ਟਾਈ ਅਪ ਹੋਇਆ ਤੇ ਉਹਨੂੰ ਕੁਛ ਹਸਬੈਂਡ ਵਾਈਫ ਦੇ ਕੁਛ ਸੰਬੰਧ ਜਿਹੜੇ ਸੀਗੇ ਤਣਾਅਮਈ ਸੀਗੇ, ਆਚਰਣ ਦੇ ਸ਼ੱਕ ਕਰਦਾ ਸੀਗਾ। ਕੁਛ ਵਾਈਫ ਦੇ ਅਕਾਊਂਟ 'ਚ ਪੈਸੇ ਸੀਗੇ ਜਿਹੜੇ ਉਹ ਮੰਗਦਾ ਸੀਗਾ ਤੇ ਵਾਈਫ ਕਿਸੇ ਕਾਰਨ ਵਸ਼ ਉਹਨੂੰ ਮਨਾ ਕਰਦੀ ਸੀ, ਤਾਂ ਇਹ ਜਿਹੀ ਰੰਜਿਸ਼ ਜਿਹੜੀ ਸੀ ਉਹਦੇ ਦਿਲ 'ਚ ਬਿਲਡ ਅਪ ਹੁੰਦੀ ਰਹੀ ਤੇ ਉਹਨਾਂ ਨੇ ਇਹਨਾਂ ਤਿੰਨਾਂ ਬੰਦਿਆਂ ਨੂੰ ਜਿਹੜਾ ਸੀਗਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਵਾਲਾ ਇਹ ਜਿਹਾ ਕੰਮ ਕਰ ਦਿਓ ਤੇ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਇਸ ਚੀਜ਼ ਦੇ। ਤੇ ਇਸ ਕੇਸ ਦੇ ਵਿੱਚ ਕਾਫੀ ਐਵੀਡੈਂਸ ਜਿਹੜਾ ਹੈ ਉਹ ਹੁਣ ਅਸੀਂ ਕੋਰੈਬੋਰੇਟ ਕਰ ਰਹੇ ਹਾਂ। ਉਹਨਾਂ ਨੂੰ ਅਰੈਸਟ ਕੀਤਾ ਗਿਆ, 2 ਦਿਨ ਦਾ ਰਿਮਾਂਡ ਲਿੱਤਾ ਗਿਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਦੇ 'ਚ ਹੋਰ ਵੀ ਜਿਹੜਾ ਇੱਕ ਸੋਲਿਡ ਜਿਹੜਾ ਐਵੀਡੈਂਸ ਹੈ ਉਹ ਇਕੱਠਾ ਕਰਾਂਗੇ। ਮੈਮ ਤਰਸੇਮ ਨੇ ਕਿੰਨੀ ਸੁਪਾਰੀ ਦਿੱਤੀ ਸੀ? 1 ਲੱਖ ਦੀ ਪ੍ਰੋਮਿਸ ਕੀਤੀ ਸੀ ਕਿ ਉਹਨਾਂ ਦੇ ਅਕਾਊਂਟਸ ਕਿੰਨੇ ਸੀ? ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਉਸ ਵੇਲੇ 2.5 ਲੱਖ ਸੀਗੇ ਬਾਈ ਰੰਜਿਸ਼ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਹੁਣ ਤੱਕ? ਜੀ ਅਸੀਂ 3 ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ, ਇੱਕ ਬੰਦਾ ਹੈ ਜਿਹੜਾ ਉਹ ਫਰਾਰ ਹੈ। ਕੀ ਨਾਮ? ਮੋਹਨ ਮਾਥੋ ਨਾਮ ਹੈ। ਇਹਨਾਂ ਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਜੀ? ਕੋਈ ਜੀ ਨਹੀਂ, ਇਹ ਉਦਾਂ ਦਾ ਨਹੀਂ ਹੈਗਾ ਜੀ ਉਹਦੇ 'ਚ, ਕਿਉਂਕਿ ਇਹ ਫੈਮਿਲੀ ਡਿਸਪਿਊਟ ਦਾ ਨਤੀਜਾ, ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਨਹੀਂ ਹੈਗਾ। ਹਸਬੈਂਡ ਨੇ ਹੀ ਆਪਣੀ ਕੰਸਪੀਰੇਸੀ ਕਰਕੇ ਆਪਣੀ ਵਾਈਫ ਨੂੰ ਮਰਵਾਇਆ ਹੈ। ਤਰਸੇਮ ਸਿੰਘ ਕਰਦਾ ਕੀ? ਇਹ ਇੱਕ ਫੈਕਟਰੀ ਵਰਕਰ ਹੈ ਜੀ।